गौरव मम्मी नू नाल ले आंदा। मम्मी थोड़ा ठीक जा नहीं, फिर मैं कल्ला ही आ गया। की होया वा? ਐਵੇਂ ਤੁਹਾਨੂੰ ਪਤਾ ਵਾ, ਟੈਨਸ਼ਨ ਜੀ ਲੈ ਲੈਂਦੇ ਹੁੰਦੇ ਆ, ਜਿਹੜੀ ਗੱਲ ਜੀ ਹੋਈ ਸੀ ਉਹਦਾ ਕਰਕੇ। ਲੈ ਉਹਨੂੰ ਕਹਿਵੇਂ ਨਾ ਟੈਨਸ਼ਨ ਲਿਆ ਕਰ, ਜਦੋਂ ਅਸੀਂ ਬੈਠੇ ਆ ਅਸੀਂ ਪੂਰਾ ਸਾਥ ਦੇਣ ਡਏ ਆ, ਤੇ ਫਿਰ ਟੈਨਸ਼ਨ ਕਿਉਂ ਲੈਂਦੀ ਆ? ਆਹੋ ਨਹੀਂ ਕੋਈ ਨਹੀਂ, ਮੈਂ ਕਹੂੰਗਾ ਤੇ ਕੋਈ ਆਹ ਨਹੀਂ, ਉਹਨੂੰ ਮੈਂ ਵੀ ਲੈ ਕੇ ਆਊਂਗਾ ਕਿਸੇ ਦਿਨ। ਆਹ ਤੇ ਜਿੱਦਣ ਲੈਂਟਰ ਪੈਣਾ ਫੋਨ ਕਰ ਦਿਓ ਸਾਨੂੰ। ਠੀਕ ਹੈ ਠੀਕ ਹੈ, ਤੇ ਫਿਰ ਬੀਜੀ ਨੂੰ ਵੀ ਨਾਲ ਹੀ ਲੈ ਆਵਾਂਗੇ ਉਹਦਣ। ਆਹੋ ਨਾਨੀ ਜੀ ਉਦੋਂ ਤੇ ਆਏ ਨਹੀਂ ਆ ਜਦੋਂ ਅਸੀਂ ਕੋਠੇ ਸਟਾਰਟ ਕੀਤੇ ਆ। ਲਾਉਂਗੀ ਆਉਂਗੀ, ਤੇ ਨਾਲੇ ਉਹ ਸੁੱਖ ਨੂੰ ਆਂਦੀ ਸੀ ਜ਼ਰੂਰ ਰੱਖੀ ਵੀ ਨਾਲ ਆਵੇ, ਤੇ ਚੱਲ ਜਿੱਦਣ ਲੈਂਟਰ ਪੈਣਾ ਤੂੰ ਫੋਨ ਕਰ ਦੇਂਗਾ ਤੇ ਮੈਂ ਉਹਨੂੰ ਵੀ ਕਹਿ ਦੂੰਗੀ। ਉਹਦਾ ਮੰਮੀ ਨੂੰ ਕਹਿ ਫੋਨ ਕਰੇ ਉਹਨੂੰ ਜ਼ਰੂਰ, ਤੁਸੀਂ ਬਹੋ ਤੇ ਮੈਂ ਚਾਹ ਬਣਾ ਕੇ ਲਿਆਵਾਂ ਬੀਜੀ। ਨਾਨੀ ਜੀ ਦੱਸੋ, ਜੇ ਕੱਲ ਪੈਸੇ ਕਢਾਉਣ ਜਾਣਾ ਹੈ ਤੇ ਘਰ ਕੀ ਕਹਿ ਕੇ ਜਾਵਾਂਗੇ? ਘਰ ਕੀ ਕਹਿ ਕੇ ਜਾਵਾਂਗੇ? ਆਹੋ ਇਹਨਾਂ ਨੂੰ ਕੋਈ ਕਹਿਣਾ ਤੇ ਪੈਣਾ ਹੀ ਹੈ। ਪਰ ਦੇਣਾ ਪੁੱਤ ਮੈਂ ਕਢਾ ਦੂੰ ਤੈਨੂੰ। ਇਹਨਾਂ ਕਹਿਣਾ ਕੱਲ ਵੀ ਆਇਆ ਸੀ ਅੱਜ ਫੇਰ ਆ ਗਿਆ। ਮੈਂ ਕਹਿ ਦੂੰਗੀ ਵੀ ਮੈਂ ਬੁਲਾਇਆ ਮੁੰਡੇ ਨੂੰ ਤੇ ਮੈਂ ਤੇਰੇ ਨਾਲ ਚੱਲ ਜੂਗੀ ਤੇ ਦੇਉਂਗੀ। ਆਹੋ ਇਦਾਂ ਹੀ ਕਹਿ ਲਾਂਗੇ, ਜੋ ਵੀ ਮੈਂ ਕਮਰੇ ਵੇਖਣ ਜਾਣਾ ਵਾ ਤੇ ਗੌਰਵ ਨੂੰ ਮੈਂ ਬੁਲਾਇਆ। ਇਦਾਂ ਹੀ ਚੱਲਣਾ ਵਾ ਪਤਾ, ਮੈਨੂੰ ਇੰਨਾ ਡਰ ਵੀ ਨਹੀਂ ਹੁੰਦਾ ਹੈਗਾ। ਉਹ ਪਰ ਤੁਸੀਂ ਸਮਝਿਆ ਕਰੋ ਨਾਨੀ ਜੀ, ਜੇ ਉਹਨਾਂ ਨੂੰ ਪਤਾ ਲੱਗ ਗਿਆ ਵਾ ਤੇ ਫਿਰ ਉਹਨਾਂ ਛੱਤੀ ਛੱਤੀ ਗੱਲਾਂ ਕਰਨੀਆਂ ਵਾ। ਤੁਸੀਂ ਬਸ ਇਹ ਗੱਲ ਦਾ ਧਿਆਨ ਰੱਖਣਾ ਵੀ ਉਹਨਾਂ ਨੂੰ ਇਹ ਗੱਲ ਦਾ ਪਤਾ ਨਾ ਲੱਗੇ। ਨਹੀਂ ਲੱਗਦਾ, ਨਹੀਂ ਲੱਗਦਾ। ਤੇ ਤੁਸੀਂ ਟੈਨਸ਼ਨ ਨਾ ਲਿਓ, ਜਿੱਦਾਂ ਪੈਸੇ ਲੈਣੇ ਮੈਂ ਉਦਾਂ ਤੁਹਾਨੂੰ ਮੋੜ ਦੇਣੇ। ਕੋਈ ਨਹੀਂ, ਨਾ ਵੀ ਆਉਣਗੇ ਤੇ ਪੁੱਤ ਉਹਦਾ ਵਾ ਨਾ, ਕਿਉਂ ਨਾ ਆਉਣਗੇ ਨਾਨੀ, ਤੁਹਾਡੇ ਪੈਸੇ ਆ ਤੁਸੀਂ ਵਰਤਣੇ ਆ, ਤੁਹਾਨੂੰ ਵੀ ਲੋੜ ਆ। ਨਾਨੀ ਜੀ ਦੱਸ, ਪੈਸੇ ਤੁਹਾਡੇ ਆਪਣੇ ਆ ਨਾ? ਪੁੱਤ ਮੇਰੇ ਆ, ਮੇਰੇ ਪਿੱਛੇ ਤੇ ਜਮਾ ਕੀਤੇ ਆ। ਅੱਛਾ ਤੇ ਕਿੰਨੇ ਪੈਸੇ ਆ? ਮੇਰੇ ਕੋਲ 70,000 ਰੁਪਇਆ ਵਾ। ਆਹੋ 70 ਕੀ ਮੰਮੀ ਦੱਸਦੇ ਸੀ, ਚਲੋ ਇੰਨੇ ਨਾਲ ਹੀ ਸਾਡਾ ਸਾਥ ਜਾਣਾ ਵਾ। ਕੋਈ ਗੱਲ ਨਹੀਂ, ਲੈ ਜਾ ਤੂੰ। 70,000? ਵਾਹ ਮਾਤਾ ਵਾਹ, ਜਦੋਂ ਜੋਬਨ ਗੱਡੀ ਤੋਂ ਘਰ ਬੈਠਾ ਸੀ ਉਹਨੂੰ ਕੋਈ ਕੰਮ ਨਹੀਂ ਸੀ ਮਿਲਦਾ, ਮੈਂ ਪੈਸੇ ਮੰਗੇ ਤੇ ਤੁਸੀਂ ਆਖਿਆ ਮੇਰੇ ਕੋਲ 1 ਰੁਪਈਆ ਨਹੀਂ ਆ। ਅੱਜ ਦੋਤੇ ਨੇ ਆਣ ਕੇ ਤੁਹਾਡੇ ਕੋਲ ਪੈਸੇ ਮੰਗੇ ਤੇ ਤੁਸੀਂ ਕਹਿਤਾ ਮੇਰੇ ਕੋਲ 70,000 ਰੁਪਈਆ ਹੈਗਾ। ਕੀ ਗੱਲ, ਅਸੀਂ ਇੰਨੇ ਦੁਪਰਾਰੇ ਹੋ ਗਏ? ਸਾਨੂੰ ਲੋੜ ਪੈਣ ਦੇ ਦਿੱਤੇ ਨਹੀਂ ਤੇ ਮੁੰਡੇ ਨੂੰ ਤੁਸੀਂ 70,000 ਰੁਪਈਆ ਕਢਾ ਕੇ ਦੇਣ ਲੱਗੇ ਜੇ? ਮੈਂ ਲੋਕਾਂ ਦੇ ਘਰ ਜਾ ਕੇ ਪੈਸੇ ਮੰਗੇ ਵੀ ਕੀ ਗੱਲ ਗੌਰਵ, ਅਸੀਂ ਤੁਹਾਡਾ ਇੰਨਾ ਕੀਤਾ, ਵਾਟਾਂ ਵਾਹ ਛੱਡੀਆਂ, ਤੁਸੀਂ ਸਾਨੂੰ ਹੀ ਖਾਣ ਲੱਗ ਗਏ। ਜੇ ਪੈਸੇ ਲੈਣ ਆਇਆ ਸੀ ਤੂੰ ਇੱਕ ਵਾਰੀ ਮੈਨੂੰ ਤੇ ਪੁੱਛਦਾ ਵੀ ਮਾਮੀ ਅਸੀਂ ਪੈਸੇ ਲੈਣੇ ਆ, ਤੂੰ ਨਾਨੀ ਕੋਲ ਲੈ ਕੇ ਬਾਹਰੇ ਬਾਹਰ ਪੈਸੇ ਲੈ ਕੇ ਚੱਲ ਜਾਣਾ ਸੀ ਤੇ ਮੈਨੂੰ ਕਰਨੀ ਭਿਸਕ ਵੀ ਨਹੀਂ ਸੀ ਪੈਣੀ, ਇੰਨਾ ਤੁਹਾਡਾ ਅਸੀਂ ਕਰਦੇ ਰਹੇ ਤੇ ਤੁਸੀਂ ਸਾਡੇ ਘਰ ਹੀ ਸਨ ਲਾ ਲਈ ਆ, ਸਿਉਂਕ ਵਾਂਗੂ ਖਾਣ ਲੱਗ ਗਏ ਜੇ ਹੁਣ ਸਾਡਾ ਕੀ ਅੱਗੇ? ਵੀ ਚੁੱਪ ਕਰਨੀ, ਕੀ ਤੁਹਾਨੂੰ ਖਾ ਲਿਆ ਉੱਥੇ ਉਹ ਨਹੀਂ ਛੱਡਦੇ, ਹੁਣ ਤੂੰ ਗੱਲ ਪੈ ਗਈ ਵਿਚਾਰਾ ਗਰੀਬਾਂ ਦੇ। ਉਹ ਮੰਮੀ ਤੈਨੂੰ ਵੀ ਪਤਾ ਵਾ ਜੋਬਨ ਨੂੰ ਗੱਡੀ ਮਿਲਣੀ ਡਈ, ਰਾਜਵੀਰ ਦੇ ਕਿੰਨੇ ਖਰਚੇ ਆ ਉਹ ਨਹੀਂ ਦੇਖਦੇ? ਮੱਝ ਵਾ ਤੇ ਉਹ ਵੀ ਹੁਣ ਰੰਗ ਅੱਠੀ ਪੈਰੀ ਹੋ ਗਈ ਆ। ਉਹਦਾ ਦਿਲ ਤੇ ਕੀ ਬੀਤੂਗੀ ਜਿਹਦੇ ਮੂੰਹ ਤੇ ਗੱਲਾਂ ਮਾਰਦੀ? ਮੇਰੇ ਦਿਲ ਤੇ ਕੀ ਬੀਤਦੀ ਆ ਜਦੋਂ ਤੁਸੀਂ ਮੇਰੇ ਤੋਂ ਚੋਰੀਆਂ ਕਮਾਉਂਦੇ ਜੇ? ਜੇ ਮੈਨੂੰ ਇੱਕ ਵਾਰੀ ਪੁੱਛ ਲੈਂਦਾ ਮੈਂ ਨਾ ਕਰ ਦੇਣੀ ਸੀ, ਕਿ ਤੁਹਾਡੇ ਪੈਸੇ ਹੀ ਜਿੱਦਾਂ ਮਰਜ਼ੀ ਦਿੰਦੇ, ਪਰ ਆ ਜਿਹੜੇ ਤੁਸੀਂ ਚੋਰੀਆਂ ਕਮਾਉਂਦੇ ਜੇ ਨਾ ਇਹ ਕੰਮ ਨਹੀਂ ਮੈਨੂੰ ਬਿਲਕੁਲ ਚੰਗਾ ਲੱਗਦਾ। ਮੇਰੀ ਗੱਲ ਜੇ ਮੈਂ ਦੇ ਵੀ ਦਿੰਦੀ ਉਹਨਾਂ ਦਾ ਰਹਿ ਜਾਣੇ ਆ, ਉਹਨਾਂ ਦੇ ਨੌਕਰੀ ਦਾ ਲੱਗ ਜਾਣਾ ਵਾ, ਮੈਂ ਛੱਡਣ ਦੇ ਹੀ ਉਹ ਨਾਲ, ਉਹ ਤੁਹਾਨੂੰ ਹੀ ਦੇਣੇ ਸੀ ਮੈਂ। ਆਹੋ ਦੇਣੇ ਸੀ ਮੈਨੂੰ। ਜਿੰਦਰ ਗੱਲ ਸੁਣ ਮੇਰੀ, ਮੈਂ ਇਹ ਪੈਸੇ ਹੁਣ ਮੁੰਡੇ ਨੂੰ ਦੇਣੇ ਹੀ ਦੇਣੇ ਆ, ਤੁਹਾਨੂੰ ਪਿੱਛਾ ਦੇਤਾ ਤੇ ਮੈਂ ਨਹੀਂ ਪਿੱਛਾ ਦੇਣਾ, ਮੇਰੇ ਧੀ ਗਰੀਬਣੀ ਆ। ਆਹੋ ਕਿ ਉਹਦਾ ਸੌਰ ਜੀ ਵਿਚਾਰੀ ਦੀ ਕੋਈ ਨਹੀਂ ਤਰ੍ਹਾਂ ਰਿਹਾ। ਕੀ ਪਤਾ ਮੇਰੇ ਤੋਂ ਚੋਰੀ ਕਿੰਨੇ ਕੁ ਤੁਸੀਂ ਦਿੰਦੇ ਰਹੇ ਜੇ? ਦੇ ਦੂੰ ਪੈਸੇ ਦੇਣ ਦੀ ਜਿੱਦ ਫੜ ਲਈ ਹੈ ਨਾ ਤੇ ਤੁਸੀਂ ਵੀ ਡੰਡੀ ਬੀਸਰਾ ਚੁੱਕੋ ਤੇ ਮੁੰਡੇ ਦੇ ਨਾਲ ਹੀ ਚੱਲੋ, ਮੇਰੇ ਕੋ ਨਹੀਂ ਖਰਚੇ ਹੁੰਦੇ, ਮੈਂ ਤੁਹਾਨੂੰ ਦੱਸਦਾ। ਤੁਸੀਂ ਤੇ ਪਖੰਡ ਫੜਿਆ ਵਾ, ਪਹਿਲਾਂ ਮੈਂ ਇੱਥੇ ਬਵਾ ਕੇ ਖਵਾ ਛੱਡੀਆਂ, ਹੁਣ ਤੁਸੀਂ ਉਹਨਾਂ ਦਾ ਘਰ ਭਰੀ ਜਾਓ। ਕੀ ਹੋਇਆ ਅਰਵਿੰਦ, ਕੀ ਰੋਲਾ ਪਿਆ? ਹੁਣ ਆ ਗਈ ਆ 70,000 ਰੁਪਈਆ ਮੇਰੇ ਤੋਂ ਚੋਰੀ, ਸਲਾਹਾਂ ਕਰਨ ਡਈ ਵੀ ਉਹਨੂੰ ਦੇਣਾ ਮੁੰਡੇ ਨੂੰ। 70,000 ਮਾਤਾ, ਤੇਰੇ ਕੋਲ 70,000 ਕਿੱਥੋਂ ਆਇਆ? ਸਾਨੂੰ ਤਾਂ ਤੂੰ ਇੱਕ ਵਾਰ ਦੱਸਿਆ। ਮੇਰੀ ਪੈਨਸ਼ਨ ਆਉਂਦੀ ਆ, ਮੈਂ ਜਮਾ ਕੀਤੇ ਆ, ਕੀ ਗੱਲ ਮੈਂ ਨੰਗ ਧੜਵਾ ਤੇ ਤੁਹਾਡੇ ਹੱਥਾਂ ਲਵੇਂਦੀ ਰਵਾਂ ਵੀ ਲਿਆਓ ਮੈਨੂੰ ਦਓ? ਪੈਸੇ ਦੇਣ ਦੀ ਗੱਲ ਕੋਈ ਨਹੀਂ ਆ, ਪੈਸੇ ਦਿੰਦੇ ਸਾਨੂੰ ਇੱਕ ਵਾਰੀ ਆਣ ਕੇ ਪੁੱਛਦਾ ਵੀ ਮੈਂ ਨਾਨੀ ਕੋ ਪੈਸੇ ਲੈਣੇ ਆ, ਪੜਦੇ ਨਾਲ ਸਲਾਵਾਂ ਹੋਣ ਦੀਆਂ ਵਾ, ਤੁਹਾਨੂੰ ਕੋ ਆਖਣਗੇ ਤੇ ਨਹੀਂ? ਉਹ ਤੇ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ, ਜੇ ਪੈਸਿਆਂ ਦੀ ਜ਼ਰੂਰਤ ਤੂੰ ਮੈਨੂੰ ਪੁੱਛਦਾ। ਸੁਣ ਮੇਰੀ, ਮੇਰੇ ਨਾਲ ਗੱਲ ਕਰ, ਉਹਨੂੰ ਵਿਚਾਰੇ ਨੂੰ ਕੀ ਜਾਂਦੀ ਗਰੀਬ ਨੂੰ? ਮੈਂ ਵੀ ਪੁੱਤ ਆਖਿਆ ਤੈਨੂੰ ਪੁੱਛਿਆ ਹੈ ਸਵੇਰੇ ਵੀ ਸੱਜਰੇ ਸੋਕਾ ਕੀ ਗੱਲ ਹੋਇਆ ਤੂੰ ਦੱਸਿਆ ਨਹੀਂ, ਮੈਂ ਉਹਦਾ ਮਿਲਣ ਆਇਆ। ਹੁਣ ਲੈਂਟਰ ਰੁਕਿਆ ਹੋਣਾ ਵਾ, ਚੁੱਕਣ ਹਾਂ ਪੈਲੀ ਤੇ ਠੇਕਾ ਦੇ, ਉਹਨਾਂ ਪਹਿਲਾਂ ਅੰਤਰਿਆਂ ਦੇ ਨਹੀਂ ਛੱਡਿਆ ਇਹਨਾਂ ਨੂੰ, ਉਦੋਂ ਤੇ ਉਹਨਾਂ ਨੇ ਠੇਕੇ ਨੂੰ ਹੱਥ ਨਹੀਂ ਲਾਉਣ ਦਿੱਤਾ, ਹੁਣ ਜੇ ਪੈਲੀ ਦਿੱਤੀ ਤੇ ਪੈਸੇ ਦੇ ਲਿਮਟ ਲੁਮਟ ਘਟਾ ਕੇ ਲੈਂਟਰ ਪਾ ਲਓ, ਹੁਣ ਕੰਮ ਮੜਿਆ ਹੋਣਾ ਤੇ ਹੁਣ ਨਾਨੀ ਕੋ ਆ ਗਏ। ਕਰਨਗੇ ਤੇਰੇ ਦੇ ਆਖਿਆ ਨਹੀਂ ਹੋਣੀ, ਕਰਨਗੇ ਜੋ ਮਰਜ਼ੀ ਕਰਨ, ਕਰਨਗੇ ਜੋ ਕਰਨਗੇ। ਇਹ ਦਵਿੰਦਰ ਗੱਲ ਤਾਂ ਸੱਚੀ ਹੈ ਗੁਰਨਾਮ ਸਿੰਘ ਦੀ,
ਪੁੱਤ ਇਦਾਂ ਦੀਆਂ ਚਲਾਕੀਆਂ ਤੁਸੀਂ ਸਾਡੇ ਨਾਲ ਵੀ ਕਰਨ ਲੱਗ ਪਏ ਜੇ ਇੰਨਾ ਚਿਰ ਸਾਡੇ ਕੋਲ ਰਹਿ ਗਏ ਉਹ ਸੱਚਾ ਹੀ ਰੋਂਦਾ ਸੀ ਤੇ ਜਾਣ ਕੇ ਉਹਦੇ ਗਲ ਪੈਂਦੇ ਆ ਉਹ ਸੱਚਾ ਕਹਿੰਦਾ ਵੀ ਚਲਾਕੀਆਂ ਸਾਰੀਆਂ ਇਹਨਾਂ 'ਚ ਹੀ ਆ ਸਾਡੇ 'ਚ ਕੋਈ ਨੀ ਇੰਨਾ ਹੀ ਕਰਦੇ ਆ ਗੁਰਨਾਮ ਸਿੰਘ ਵੀ ਸੱਚਾ ਵਾ ਤੇ ਤੂੰ ਵੀ ਸੱਚਾ ਵਾ ਉਹਨਾਂ ਦਾ ਵਿਚਾਰਾ ਜੋ ਹੋਇਆ ਕਰਨਾ ਵਾ ਜਦ ਕੋਈ ਲਾਗੇ ਨਾ ਲੱਗੇ ਚੋਰੀਆਂ ਤੁਸੀਂ ਕਮਾਉਂਦੇ ਹੜਕੋ ਤੇ ਉਲਟੀ ਲੱਤ ਤੁਸੀਂ ਹੜਤੇ ਰੱਖਦੇ ਜੇ ਵੀ ਮੇਰਾ ਕੋਈ ਕਸੂਰ ਹੀ ਨੀ ਆ ਉਹਨੂੰ ਪ੍ਰੀਤ ਨੇ ਘੱਲਿਆ ਹੋਊਗਾ ਏਦਾਂ ਦੇ ਨੀ ਮੂੰਹ ਚੁੱਕ ਕੇ ਆ ਗਿਆ ਉਹਨੇ ਘੱਲਿਆ ਤੈਨੂੰ ਜੇ ਤੂੰ ਚੰਗੀ ਹੁੰਦੀ ਹੋ ਮੈਂ ਜਿੱਦਾਂ ਲਏ ਓਦਾਂ ਇੱਕ ਮੁੱਠ ਮੋੜ ਦੇਣੇ ਸੀ ਉਹ ਥੋੜਾ ਜਿਹਾ ਕੰਮ ਮੜਿਆ ਸੀ ਤੇ ਮੈਂ ਸੋਚਿਆ ਨਾਨੀ ਨੂੰ ਪੁੱਛ ਲੈਣਾ ਵਾ ਪਰ ਤੁਸੀਂ ਮੇਰੇ ਕਰਕੇ ਲੜਾਈ ਨਾ ਪਾਓ ਮੈਨੂੰ ਨੀ ਚਾਹੀਦੇ ਪੈਸੇ ਗੌਰਵ ਲੜਾਈ ਦੀ ਗੱਲ ਨੀ ਆ ਗਰੀਬੀ ਨਾ ਕਿਸੇ ਤੇ ਆਵੇ ਵੇਖਿਆ ਮਾਤਾ ਦੇ ਕੰਮ ਪਤਾ ਨੀ ਚੋਰੀ ਛਿਪੇ ਕਿੰਨੇ ਕੁ ਪੈਸੇ ਦਿੰਦੀ ਆ ਉਹ ਮੈਂ ਤੁਹਾਨੂੰ ਰੋਨੀ ਆ ਵੀ ਅਜੇ ਵੀ ਇਹਦੇ ਕੋਲ ਪੈਲੀ ਤੇ ਨਾ ਲਵਾ ਲਓ ਨਾ ਲੱਗੀ ਉਹਦੇ ਟੈਨਸ਼ਨ ਹੋਊਗੀ ਇਹਦਾ ਕੋਈ ਪਤਾ ਨੀ ਆ ਜੇ ਧੀ ਦਾ ਪਿਆਰ ਜਾਗ ਪਿਆ ਦੋਤੇ ਦਾ ਤੇ ਇਹਨੇ ਇੱਥੇ ਬੂਠਾ ਲਾ ਦੇਣਾ ਹੀ ਹੋ ਤੇ ਅਸੀਂ ਹੱਥ ਮਲਦੇ ਰਹਿ ਜਾਣਾ ਹੀ ਹੋ ਤੁਸੀਂ ਨੀ ਸਮਝਦੇ ਪਰ ਇੰਨੀਆਂ ਵਾਟਾਂ ਇਹਨਾਂ ਮਗਰ ਵਾਹੀਆਂ ਇਹਨਾਂ ਕੀ ਮੁੱਲ ਪਾਇਆ ਹੜ ਕੀ ਪਤਾ ਕਿੰਨੇ ਕੁ ਦਿੰਦੀ ਰਹੀ ਆ ਜਿਹੜੇ ਇੱਥੇ ਬੈਠਾ ਹਾਲ ਛੜੇ ਇੰਨਾ ਚਿਰ ਚੱਲ ਕੋਈ ਨੀ ਦਵਿੰਦਰ ਫਿਰ ਮੈਂ ਤੇ ਮਾਤਾ ਦੇ ਹੈਰਾਨ ਅਸੀਂ ਮਾਤਾ ਕੋਲ ਪਿੱਛੇ ਜੇ ਪੈਸੇ ਮੰਗੇ ਇਹਨੇ ਸਿੱਧਾ ਹੀ ਨਾ ਕਰਤੀ ਵੀ ਮੇਰੇ ਕੋਲ ਕਿੱਥੇ ਪੈਸੇ ਤੇ ਵਾਕਿਆ ਉਹੀ ਗੱਲ ਹੁਣ ਕਿੱਥੋਂ ਪੈਸੇ ਗਏ ਤੇ ਸਾਡੇ ਸਾਹਮਣੇ ਦਿੰਦੀ ਵੀ ਦੇਣੇ ਸੀ ਚੱਲ ਠੀਕ ਆ ਧੀ ਆ ਸਾਨੂੰ ਕਹਿੰਦੀ ਮੇਰੇ ਕੋਲ ਪਏ ਆ ਮੈਂ ਦੇਣੇ ਆ ਧੀ ਆ ਧੀਆਂ ਨੂੰ ਦੇਣਾ ਬਣਦਾ ਮੈਂ ਮੰਨਦੀ ਆ ਪਰ ਇੰਨਾ ਵੀ ਨੀ ਕਿ ਮੁੱਠਾਂ 'ਚ ਚੋਰੀ ਪੈਸੇ ਦੇਈ ਜਾਣੇ ਜੇ ਮੈਂ ਨਾ ਗੱਲ ਸੁਣਦੀ ਨਾ ਮੈਂ ਚਾਹ ਲੈ ਕੇ ਜਾਂਦੀ ਤੇ ਉੱਤੇ ਹੀ ਤੇ ਇਹਨਾਂ ਦੇ ਕਰ ਦੇਣਾ ਸੀ ਨਾ ਪੱਠਾ ਗੋਲ ਸਾਡਾ ਉਹਨੂੰ ਦੇ ਦੇਣੇ ਸੀ ਮਾਤਾ ਨੇ ਤੇ ਮਾਤਾ ਨੂੰ ਪੈਸੇ ਲਾਉਂਦੀ ਅਸੀਂ ਨੀ ਕਦੀ ਧਿਆਨ ਰੱਖਿਆ ਕਿ ਕਿੱਥੇ ਲੈਂਦੀ ਮੈਨੂੰ ਕਹਿੰਦੀ ਦਵਾਈ ਲਿਆਉਣੀ ਆ 1500 ਮਿਲਦਾ ਮੈਂ ਦਵਾਈ ਲਿਆਉਣੀ ਆ ਉਹ ਦਵਾਈ ਸਾਨੂੰ ਨੀ ਪਤਾ ਕਿਹੜੀ ਆਉਣ ਡਈ ਆ ਜਮਾਂ ਕਰਾਈ ਗਈ ਤੇ ਹੁਣ ਉਹਨੂੰ ਦੇ ਦੇਣੀ ਤੇ ਦੇਣ ਦੇਣੇ ਹੁਣ ਵੀ ਨੀ ਹਟਣਾ ਦੇ ਦੇਣੇ ਆ ਚੱਲ ਦੇ ਦੇ ਪਰ ਇਹ ਗੱਲ ਹੁਣ ਕਰੋ ਤੁਸੀਂ ਕੋਈ ਲੱਭੋ ਪਟਵਾਰੀ ਜਿੱਦਾਂ ਵੀ ਇਹ ਤਾਂ ਆਪਣੀ ਪੈਲੀ ਨਾ ਕਰਾਓ ਮੈਂ ਤਾਂ ਸਵੇਰੇ ਨਾਲ ਮੁੰਡਾ ਜਦ ਆਉਂਦਾ ਮਾਮਾ ਸਸੀਗਾ ਮੈਂ ਤੂੰ ਸੱਜਰੇ ਮੈਂ ਜਾਂ ਤੇ ਲੜ ਪਿਆ ਉੱਥੇ ਗੁਰਨਾਮ ਸੋਹਣਾ ਨਾ ਤੇ ਜਾਂ ਮੈਂ ਵੀ ਕੋਈ ਚੱਕਰ ਆਇਆ ਤੇ ਮੈਨੂੰ ਕਹਿੰਦਾ ਮੈਂ ਤੇ ਮਿਲ ਨੂੰ ਜੀ ਕਰਦਾ ਤਾਂ ਆਇਆ ਮੇਰੇ ਕੋਲ ਤੇ ਸਾਈਕਲ ਮੰਗਦਾ ਸੀ ਸਾਈਕਲ ਦਾ ਤੇ ਇੱਕ ਬਹਾਨਾ ਸੀ ਉਹ ਜਿੱਦਾਂ ਮਾਂ ਨੇ ਸਿਖਾ ਕੇ ਘੱਲਿਆ ਉਦਾਂ ਆ ਕੇ ਗੱਲਾਂ ਕਰ ਲਈਆਂ ਅਗਲੇ ਨੇ ਚੱਲ ਦੁੱਖ ਤਾਂ ਮੈਨੂੰ ਵੀ ਆਇਆ ਚਾਹ ਵੀ ਨੀ ਪੀ ਗਿਆ ਤੂੰ ਵੀ ਰੁਕ ਜਾਂਦੀ ਘੜੀ ਤੂੰ ਕਿਹੜੀ ਘੱਟ ਕਰਦੀ ਆ ਹਾਏ ਦੁੱਖ ਤੇ ਮੈਨੂੰ ਵੀ ਆਇਆ ਪਰ ਜਦੋਂ ਇਦਾਂ ਦੇ ਕੰਮ ਕਰਦੇ ਇਹ ਨਹੀਂ ਮੈਨੂੰ ਚੰਗੇ ਲੱਗਦੇ ਤੁਹਾਨੂੰ ਮੈਂ ਕਹਿੰਨੀ ਹਾਂ ਦੇਖੋ ਦੁੱਖ ਦੁੱਖ ਕਰਕੇ ਤੁਸੀਂ ਆਏ ਉੱਥੇ ਤੱਕ ਵਾਟਾਂ ਵਾਹ ਛੱਡੀਆਂ ਇਹਨਾਂ ਦੇ ਮਗਰ ਜਾਂਦੇ ਨੀ ਮਾੜੀ ਜੀ ਗੱਲ ਹੁੰਦੀ ਆ ਉਹ ਸੱਚੇ ਹੀ ਆ ਜੇਠ ਜਠਾਣੀ ਸੱਚੇ ਹੀ ਆ ਇਹੋ ਜਿਹੀਆਂ ਚਲਾਕੀਆਂ ਮਾਂ ਪੁੱਤ ਹੇਰਾ ਫੇਰੀਆਂ ਕਰਦੇ ਆ ਚੱਲ ਕੇ ਤਰੀਕੇ ਨਾਲ ਪੁੱਜੇ ਤੂੰ ਵੀ ਤੇ ਉਹਦੇ ਗਾਲੀ ਪੈ ਗਈ ਚਾਹ ਵੀ ਨਹੀਂ ਪੀ ਗਿਆ ਵਿਚਾਰਾ ਉਹ ਤੁਹਾਨੂੰ ਅਜੇ ਵੀ ਚਾਹ ਦੀ ਪਈ ਆ ਜਿਹੜੀ ਮੈਂ ਰੋਣੇ ਮੈਂ ਮੱਥੇ ਦੀਆਂ ਠੀਕਰੀਆਂ ਭੰਨ ਛੱਡੀਆਂ ਤੁਹਾਡੇ ਨਾਲ ਵੀ ਪੈਲੀ ਨਾ ਕਰਾ ਲਓ ਮਾਤਾ ਨੂੰ ਹੱਥਾਂ 'ਚ ਲਓ ਕਿਸ ਤਰ੍ਹਾਂ ਤੇ ਇਹਦੇ ਕੋਲ ਲਵਾਓ ਅੰਗੂਠਾ ਤੇ ਪੈਲੀ ਕਰਾਓ ਆਪਣੇ ਨਾਂ ਚੱਲ ਪਤਾ ਆਪਣੇ ਮੁੰਡੇ ਦਾ ਨਹੀਂ ਸੋਚਣਾ ਤੁਸੀਂ ਕੱਲ ਨੂੰ ਉਹ ਲੱਗ ਗਿਆ ਪਤਾ ਕਰਾ ਲਾਂਗੇ ਪੈਲੀ ਨਾਂ ਵੀ ਗੱਡੀ ਦਾ ਤੁਹਾਡਾ ਕੰਮ ਉਹ ਨਹੀਂ ਬਣਦਿਆ ਘਰ ਬੈਠੇ ਆ ਘਰ ਬੈਠਿਆਂ ਨੂੰ ਕਿੱਥੋਂ ਨੋਟ ਆਉਣੇ ਆ ਜਿੰਨਾ ਚਿਰ ਕਿਤੇ ਹੱਥ ਨਾ ਲਾਵਾਂਗੇ ਚੱਲ ਹੁਣ ਚੁੱਪ ਰੋ ਆਂਢ ਗੁਆਂਢ ਨਾ ਰੌਲਾ ਪਾਈ ਆਹ ਗੱਲ ਹੋਈ ਆ ਠੀਕ ਆ ਬਦਨਾਮੀ ਸਾਡੀ ਹੋਣੀ ਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਮੁੰਡੇ ਨੇ ਉੱਥੇ ਰੋ ਕੇ ਆਇਆ ਵਾ ਤੇ ਉਹਨਾਂ ਹੋਰ ਸਭ ਚੜ ਮਚਣੀ ਆ ਵੀ ਵਧੀਆ ਹੋਇਆ ਜਿੱਦਾਂ ਦੇ ਅਸੀਂ ਉਦਾਂ ਦੇ ਹੋ ਗਏ ਅਗਲੇ ਸੁੱਖ ਗਵਾਂਢਣ ਸੱਚੀ ਆ ਉਹ ਕਹਿੰਦੀ ਆ ਕਹਿੰਦੀ ਗਲੋਂ ਲਾ ਜੇ ਹੁਣ ਲੱਥੇ ਆ ਤੇ ਤੂੰ ਕਾਹਨੂੰ ਦੋਰੇ 'ਚ ਬੜਾਉਂਦੀ ਆ ਵਾਰ ਵਾਰ ਜਾਨੀ ਤੂੰ ਪਤੇ ਲੈਣ ਫੋਨ ਕਰ ਦਿੰਦੀ ਮਾੜਾ ਜਿਹਾ ਫਿਰ ਵੀ ਸਾਨੂੰ ਤਰਸ ਖਾ ਲੈਂਦਾ ਵੀ ਸਾਡੀ ਧੀ ਆ ਪਰ ਧੀ ਜਦੋਂ ਇਦਾਂ ਦੀਆਂ ਗੱਲਾਂ ਕਰੇ ਫਿਰ ਚੰਗੀਆਂ ਥੋੜੀ ਲੱਗਦੀਆਂ ਵਾ ਭਰਜਾ ਭਰਾਈਆਂ ਕੋਲਾਂ ਨਹੀਂ ਰੱਖਿਆ ਜਾਂਦਾ ਭਰਾ ਭਰਜਾਈਆਂ ਨਾ ਪਿਆਰ ਨਾ ਰਹੀਦਾ ਤੇ ਸਲਾਹ ਨਾ ਤੁਰੀਦਾ ਚੱਲ ਚੁੱਪ ਕਰ ਮੈਂ ਪਾਣੀ ਪਾਲਾਂ ਡੰਗਰਾਂ ਉਂਡਿਆ ਨਾ ਤੇ ਤੂੰ ਇਦਾਂ ਕਰ ਹੁਣ ਆਣ ਗਵਾਂਡ ਰੋਲਾ ਦਾ ਪਾਈ ਜਾ ਕੇ ਬਹਿ ਜਾ ਚੁੱਪ ਕਰ ਦਿਮਾਗ ਖਰਾਬ ਹੋ ਗਿਆ ਅੱਗੇ ਇਹ ਬੰਦੇ ਨਾਲ ਜਿੰਨੀਆਂ ਮਰਜ਼ੀ ਮੱਥੇ ਦੀਆਂ ਠੀਕਰੀਆਂ ਪਾ ਲਓ ਇਹਨੇ ਨਹੀਂ ਮੰਨਣਾ ਇਹਨੇ ਤੇ ਭੈਣ ਦਾ ਹੀ ਬਣਨਾ ਵਾ ਹਾਂ
हेलो सत श्री अकाल प्रीत, की हाल? हाँ ठीक ठाक। हाँ आया गौरव? नहीं इतों तो काफ़ी ज्यादा चल गया, चार घंटे लंघे चाह पी के नहीं गया, पता नहीं मामी दो लगे जानू मैं गया, नहीं चाह नहीं पी, आया ही नहीं है। अच्छा घरे का नाम सो घर ही ओके, जा टेंशन ना लै के यार दोस्त को चल गया होना, बहुती गल मैं कोई नहीं फोन करके पुछदा वा। हाँ कोई गल नहीं कोई गल नहीं, टेंशन ना लै आ जाऊगा कि मुंडे मंडे को चल गया होना, नहीं तू फोन लाया नहीं। अच्छा चुकदा नहीं आ, चल मैं भी ला के वेख लैना, कोई नहीं कोई नहीं कोई नहीं वेख लैना मैं भी ला के। ये जनानी भी ना कई बार समझाया भी बहुता बोलिया ना कर, ये हटदी नहीं बोलो, गर्म फोन आ मुंडा को करके बह गया फिर पंगा साढ़े भाता पुछदा इनू। दविंदर हाँ जी, प्रीत का फोन आया मैनू, की होया? मुंडा घर नहीं पहुंचा, घर नहीं पहुंचा, रोंदा इतों गया वा। तेन मैं कि कहा भी हिसाब ना गल बकड़ो तरीके गल होंगी, माता ने कहे पैसे देते ही चुके, नहीं तुम पूछा चंगी तरह घर क्यों नहीं गया? फोन नहीं चुकता, टाइम भी कि हो गया वा, आंधी फोन नहीं चुकता ते को आया ही, मैं भी इतों चल गया। दस अही की कहता ही, अं तो गल बिहारी उतिया इन्ना भी की गुस्सा आंदा वा, वह हम फोन लाउन दी फोन चुना हो स्यापा पा दे कोई साढ़े भा का, तू हो रौला पाया कर उची उची, तेन पता जो आया तो तरीके गल करी होंगी, तू मैनू कि पढ़ते हो ऐसा माता ने पैसे देने लगी। हाई जोबन मैं की कहता, तुम भी तो सामने ही तुम मेरे गल पे जे जो ओनू आह गलों का पता लग गया तो उन्हें भी चढ़े घोड़े सवार आ जाना इधर। मैं नहीं उन्हें कुछ भी कहा, मैं भी इतों चंगा भला गया वा, चाह नहीं पीती, चाह तो मामी डी चाह देने लगी, मैं नहीं कोई गल की, गलत नहीं की पैसों की, मैं नहीं गल की पैसों पुसों की, ਹੁਣ ਤਾਂ ਕਿੱਦਾਂ ਪਤਾ ਲੱਗੂ ਕਹਿੰਦੀ ਆ ਮੇਰਾ ਫੋਨ ਨਹੀਂ ਚੁੱਕਦਾ ਤੇ ਚੁੱਕਣਾ ਨਹੀਂ ਸਾਡਾ ਵੀ, ਜੇ ਕਿਤੇ ਉਹਨੇ ਬੀਜੀ ਨੂੰ ਫੋਨ ਲਾਤਾ ਪ੍ਰੀਤ ਨੇ ਤੇ ਹੋਰ ਸਿਆਪਾ ਪਾ ਜਾ, ਇਹਨੇ ਰੋ ਰੋ ਆਪਣੇ ਸਿਰ 'ਚ ਪਾਣੀ ਨਹੀਂ ਛੱਡਣਾ ਤੇ ਸਾਡੇ ਦੁਆਲੇ ਹੋ ਜਾਣਾ। ਤੂੰ ਸਹਿਜ ਨਾ ਬੀਜੀ ਵਾਲਾ ਫੋਨ ਖਸਕਾ ਲਾ ਉਹਦੇ ਕੋਲ, ਲਾਉਣਾ ਨਹੀਂ ਹੈਗਾ ਉਹਨੇ ਸਭ ਕੁਝ ਦੱਸ ਦੇਣਾ ਹੀ, ਸਹਿਜ ਨਾ ਬਾਕੀ ਮੈਂ ਤਾਂ ਫੋਨ ਦੇ ਮੈਂ ਕਰਨਾ ਨਹੀਂ। ਮੁੰਡੇ ਨੇ ਨਾ ਸਾਡੀ ਜਾਨ ਹੀ ਖਾਧੀ, ਪਹਿਲਾਂ ਇੱਥੇ ਖਾ ਛੱਡੀ ਹੁਣ ਉੱਥੇ ਖਾਣ ਲੱਗ ਗਿਆ ਜਾ ਕੇ, ਤੁਹਾਨੂੰ ਆਖਿਆ ਨਾ ਇਹੋ ਜਿਹਾ ਜ਼ਿੰਮੇਵਾਰੀ, ਤੂੰ ਵੀ ਆਪਣੀ ਗਲਤੀ, ਮੈਂ ਉੱਥੇ ਪੱਠੇ ਪਾਉਣਾ ਮੈਨੂੰ ਕਹਿੰਦੀ ਆ ਕੇ, ਤੂੰ ਉਸੇ ਵੇਲੇ ਚੜ ਗਈ ਦੱਸ ਹੋ ਗਈ ਘੋੜੇ ਸਵਾਰ, ਚਾਹ ਪੀ ਲੈਣ ਦਿੰਦੀ ਇਹਨੂੰ ਘੁੱਟ ਤਰੀਕੇ ਨਾਲ, ਕਹਿੰਦੀ ਮਾਤਾ ਨੂੰ ਸਮਝਾ ਰਿਹਾ ਵੀ ਪੈਸੇ ਇਹੀ ਨਹੀਂ ਦੇਣੇ, ਜਦੋਂ ਮੈਂ ਮੰਗਦੀ ਪੈਸੇ ਮੈਂ ਹਾਂ ਕੀਤੀ ਉਹਨੂੰ ਕੱਚੀ ਜੀ ਗੱਲ ਕੀਤੀ ਮੈਂ, ਤੂੰ ਉਸੇ ਵੇਲੇ ਲੈ ਕੇ ਚਾਹ ਕੇ ਚੜ ਘੋੜੇ ਸਵਾਰ ਉਹਦੇ ਸਿਰ 'ਤੇ ਚੜ ਗਈ ਮੁੰਡੇ ਦੇ ਆ ਕੇ, ਮੈਨੂੰ ਕੋਠੇ ਆਉਂਦੀ ਮੈਂ ਪੱਠੇ ਪਾਉਣ ਡਿਆ, ਜਦ ਮੇਰੇ ਲਾਗੂ ਨਾ ਕਿਹਾ ਵੀ ਤਰੀਕੇ ਨਾਲ ਗੱਲ ਹੁੰਦੀ ਆ। ਆਹੋ ਤੁਸੀਂ ਵੀ ਮੈਨੂੰ ਹੀ ਕਹਿਣਾ ਵਾ, ਉਹਨਾਂ ਨੂੰ ਨਾ ਕਿਹੋ, ਕਿੰਨੂੰ ਕਹਾਂ, ਗਰਮ ਖੂਨ ਤਾਂ ਹੋ ਗਿਆ ਅੱਗੇ ਉਹਦੇ ਨਾਲ ਇੰਨਾ ਲੜਦਾ ਆਪਣੇ ਤਾਏ ਨਾਲ, ਸੱਕ ਕਰ ਗੱਲ ਹੋ ਗਈ ਸਾਰੀ ਸਵਾਹ ਪੈਣੀ ਆ, ਜਿਹਨੂੰ ਨਹੀਂ ਪਤਾ ਲੱਗਣਾ ਉਹਨੂੰ ਪਤਾ ਲੱਗਣਾ ਘਰ ਵੀ ਇੰਨਾ ਕੀਤੀ ਆ ਕਰਤੂਤ। सुधरी चंगा उस बड़े चार दिन रौला पा के गल टर दे, पैसे ही दिंदी ना दिंदी अगे मेनू किन्ने क देण डए आ, मैं तो टाइम अपना सारी जाना ही कितने बुरी ना बन जा, जे कि मुंडे ने कुछ कर लिया तो सारी उम्र का मेहना की करा हूँ, बीजी ने फोन कर दी बीजी वाले तो आप ही। बीजी फोन दियो अपना जारी की करना फोन तू ओ माड़ा जहा, बीजी पिंड लाना ही मेरे फोन च ना पैसे खत्म हो गए तो फोन लगन नहीं दिया, वह जो बन गया उधर माड़ा जहा पठे आलू जो आ वा तो फिर मैं उसको पाउनी हाँ। ਇਹੀ ਨੰਬਰ ਗੌਰਵ ਭਰਿਆ ਜਿਹੜਾ ਫੋਨ ਬੰਦ ਹਾਏ ਫੋਨ ਬੰਦ ਆਉਣ ਡਿਆ ਵਾ, ਮੁੰਡਾ ਕੁਛ ਕਰ ਹੀ ਨਾ ਲਵੇ ਕੀ ਕਰਾਂ, ਇਹਨੇ ਵੱਖਰੀ ਟੈਨਸ਼ਨ ਪਾ ਦਿੱਤੀ ਆ, ਇੱਕ ਪੈਸੇ ਲੈਣ ਆ ਜਾਂਦੇ ਆ ਉਹ ਤੋਂ ਉਮਤਰੀਆਂ ਟੈਨਸ਼ਨਾਂ ਸਾਨੂੰ ਦੇ ਦਿੰਦੇ ਆ।